ਫਿਰੋਜ਼ਪੁਰ ਦੇ ਵਿੱਚ ਗੈਂਗਵਾਰ ਹੋਈ ਔਰ ਇਸ ਗੈਂਗਵਾਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਤਿੰਨ ਕਾਰ ਸਵਾਰਾਂ ਦੇ ਪਿੱਛੇ ਦੂਜੇ ਗੈਂਗ ਦੀ ਗੱਡੀ ਲੱਗ ਪਈ, ਜਿਨ੍ਹਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਔਰ ਇੱਕ ਗੋਲੀ ਇਸ ਨੌਜਵਾਨ ਦੇ ਲੱਗੀ, ਜਿਸ ਦੇ ਨਾਲ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲੇ 18 ਦਿਨ ਪਹਿਲਾਂ ਇਸ ਨੌਜਵਾਨ ਦਾ ਵਿਆਹ ਹੋਇਆ ਸੀ, 5 ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਗੈਂਗਵਾਰ ਦੇ ਵਿੱਚ, ਜਿਸ ਦੀ ਮੌਤ ਹੋਈ ਹੈ। ਇੱਕ ਗੈਂਗ ਦਾ ਪਿੱਛਾ ਕਰ ਰਹੀ ਸੀ ਦੂਜੀ ਗੈਂਗ, ਰਸਤੇ ਦੇ ਵਿੱਚ ਫਾਇਰਿੰਗ ਕੀਤੀ ਗਈ, ਫਾਇਰਿੰਗ ਦੇ ਮੌਕੇ ਇਸ ਨੌਜਵਾਨ ਦੀ ਮੌਤ ਹੋਈ ਹੈ। ਦੋਸਤ ਦੀ ਪੇਸ਼ੀ ਮੌਕੇ ਮੁਲਾਕਾਤ ਕਰਕੇ ਇਹ ਵਾਪਸ ਆ ਰਹੇ ਸੀ ਤਾਂ ਲਵਪ੍ਰੀਤ ਸਿੰਘ ਉਰਫ ਆਕਾਸ਼ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ। ਮ੍ਰਿਤਕ ਲਵਪ੍ਰੀਤ ਦਾ ਹਾਲੇ 18 ਦਿਨ ਪਹਿਲਾਂ ਵਿਆਹ ਹੋਇਆ ਸੀ, 5 ਭੈਣਾਂ ਦਾ ਇਕਲੌਤਾ ਭਰਾ ਸੀ। ਦੋਵੇਂ ਧਿਰਾਂ ਵਿਚਾਲੇ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਔਰ ਇਸ ਦੁਸ਼ਮਣੀ ਦੇ ਚੱਲਦੇ ਹੀ ਦੂਜੀ ਗੈਂਗ ਦੇ ਵੱਲੋਂ ਇਹਨਾਂ ਕਾਰ ਸਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗੋਲੀ ਆਕਾਸ਼ 'ਤੇ ਲੱਗੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਇਹ ਫਾਇਰਿੰਗ ਕੀਤੀ ਗਈ ਹੈ। ਮੌਕੇ 'ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਹੌਸਪੀਟਲ ਦੀਆਂ ਨੇ, ਜਿੱਥੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਰੋਂਦੇ ਕੁਰਲਾਉਂਦੇ ਹੋਏ ਨਜ਼ਰ ਆ ਰਹੇ ਨੇ, ਧਾਹਾਂ ਮਾਰ ਮਾਰ ਕੇ ਰੋ ਰਹੇ ਨੇ, ਕਿਉਂਕਿ ਜਿਸ ਨੌਜਵਾਨ ਦਾ ਕਤਲ ਕੀਤਾ ਗਿਆ ਉਸ ਦਾ ਹਾਲੇ 18 ਦਿਨ ਪਹਿਲਾਂ ਵਿਆਹ ਹੋਇਆ ਸੀ ਔਰ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ, ਤਾਂ ਹੁਣ ਉੱਥੇ ਕੀਰਨੇ ਪੈ ਰਹੇ ਨੇ, ਸੱਥਰ ਵਿੱਚ ਚੁੱਕਿਆ। ਔਰ ਤਸਵੀਰਾਂ ਦੇ ਵਿੱਚ ਉਸ ਦੀ ਪਤਨੀ, ਜਿਸ 'ਤੇ ਚੂੜਾ ਪਾਇਆ ਹੋਇਆ, ਉਹ ਵੀ ਨਜ਼ਰ ਆ ਰਹੀ ਹੈ। ਤਾਂ ਇੱਕ ਗੈਂਗਵਾਰ ਦੇ ਵਿੱਚ ਨੌਜਵਾਨ ਦੀ ਮੌਤ ਹੋਈ ਹੈ, ਪਿੱਛੇ ਗੱਡੀ ਲਗਾ ਕੇ ਇਹਨਾਂ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। 2 ਜਾਣੇ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਫਿਰੋਜ਼ਪੁਰ ਦੇ ਵਿੱਚ ਇਹ ਗੈਂਗਵਾਰ ਹੋਈ ਹੈ, ਗੈਂਗਵਾਰ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ, ਉਸ ਦੇ ਨਾਲ 2 ਸਾਥੀ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਇੱਕ ਗੈਂਗ ਦਾ ਪਿੱਛਾ ਕਰ ਰਹੀ ਸੀ ਦੂਜੀ ਗੈਂਗ, ਤਾਂ ਅੱਗੇ ਜਾ ਰਹੇ ਕਾਰ ਸਵਾਰਾਂ 'ਤੇ ਇਹਨਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਮੌਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ। ਗੱਲਬਾਤ ਇਹ ਹੈਗੀ ਵੀ ਸਾਡਾ ਰੌਲਾ ਚੱਲਦਾ ਪਿਆ ਸੀ ਨਾਟੀ ਸ਼ੇਰੀ ਦਾ ਨਾਮ, ਅਤੇ ਸ਼ੇਰੀ ਤਰੀਕ ਦੇ ਉੱਤੇ ਸ਼ੇਰੀ ਦਾ ਪਿਓ ਹੈਗਾ ਸੀ ਉੱਥੇ, ਉਹ ਸਾਨੂੰ ਵੇਖ ਕੇ ਗਿਆ ਹੈਗਾ। ਜਦੋਂ ਅਸੀਂ ਤਰੀਕ ਉੱਠ ਕੇ ਵਾਪਸ ਚੱਲੇ ਹਾਂ ਅਤੇ ਉਦੋਂ ਮਗਰ ਹੀ ਆ ਗਏ ਸਾਡੇ, ਹਾਂ ਗੱਡੀਆਂ ਆਈਆਂ ਨੇ, ਪਤਾ ਹੀ ਨਹੀਂ ਲੱਗਾ ਭਾਅ ਜੀ ਆਪਦਾ ਵੀ ਕੋਲ ਛਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ। ਕਿੰਨੇ ਕੁ ਬੰਦੇ ਸੀਗੇ? ਬਾਕੀ ਪਤਾ ਨਹੀਂ ਹੈਗਾ, ਅੱਗੇ ਨਾ ਬਦਲ ਬੈਠਾ ਹੋਇਆ ਸੀ, ਉਹਨੂੰ ਸਾਰੀ ਗੱਲ ਦਾ ਪਤਾ, ਜਾਂ ਤਾਂ ਯਕਦਮ ਪਤਾ ਹੀ, ਮੈਂ ਤਾਂ ਬੇਹੋਸ਼ ਹੋ ਗਿਆ ਸੀ, ਪਤਾ ਨਹੀਂ ਕੌਣ ਲੈ ਕੇ ਆਇਆ ਇੱਥੇ ਕੌਣ। ਤੁਸੀਂ ਕਿੰਨੇ ਜਣੇ ਸੀ? ਅਸੀਂ ਤਾਂ 4 ਜਣੇ ਸੀ, 3 ਭੁਗਤ ਗਏ ਆ ਰਹੇ ਸੀ। ਉਹ ਹੈਗਾ ਨਾਟੀ ਹਰੀਏ ਨੇ, ਨਾਟੀ ਸ਼ੇਰ ਗਰੁੱਪ, ਕਿਉਂਕਿ ਸਾਨੂੰ ਤਰੀਕ ਦੇ ਉੱਤੇ ਉਹਨੇ ਵੇਖਿਆ ਸੀ ਸ਼ੇਰੀ ਦੇ ਪਿਓ ਨੇ। ਸਾਰੀ ਬਾਨੋ ਵਾਲੇ ਬੜੇ ਬਸਤੀ ਪਟੀਆਂ ਨੇ, ਹਾਂਜੀ ਉਹ ਲੜਾਈ ਹੋਈ ਸੀ, ਕਤਲ ਹੋਇਆ ਸੀ, ਪਰ ਕਤਲ 'ਚ ਤਾਂ ਕੰਪਰੋਮਾਈਜ਼ ਹੋ ਗਿਆ ਸੀ, ਜਿਨ੍ਹਾਂ ਦਾ ਮਰਿਆ ਸੀ ਉਹਨਾਂ ਨਾਲ ਤਾਂ ਸਾਡਾ। ਪਰ ਇਹ ਰੰਜਿਸ਼ ਉਦਾਂ ਹੀ ਰੱਖਦੇ ਸੀ, ਇਹ ਨਾਟੀ ਨਾੜੀ ਦੇ ਗਰੁੱਪ ਦੇ, ਹਾਂ ਪਿੱਛਾ ਹੀ ਕੀਤਾ, ਪਿੰਡ ਦੇ ਲਾਗੇ ਗਏ, ਉਦੋਂ ਪਤਾ ਹੀ ਨਹੀਂ ਲੱਗਾ ਗੋਲੀਆਂ ਗੱਡੀਆਂ ਚਲਾਉਣੀਆਂ। ਦੇਖੋ ਜੀ ਜਦੋਂ ਵੱਜਦਾ ਸਾਥ ਥੱਲੇ ਗੱਡੀ ਡਿੱਗੀ, ਮੈਂ ਤਾਂ ਬੇਹੋਸ਼ ਹੋ ਗਿਆ,
ਮੈਨੂੰ ਤਾਂ ਪਤਾ ਨਹੀਂ ਕੌਣ ਲੈ ਕੇ ਆਇਆ ਇੱਥੇ ਮੈਨੂੰ। ਤੁਹਾਡੇ ਸਾਥੀ ਦੀ ਮੌਤ ਹੋਈ ਹੈ? ਹਾਂਜੀ, ਇੱਕ ਭਤੀਜਾ ਜਿਹੜਾ ਚਲਾ ਰਿਹਾ ਸੀ ਉਹਦੀ ਡੈਥ ਹੋ ਗਈ, ਲਵਪ੍ਰੀਤ ਆਕਾਸ਼ ਸੰਧੂ। ਲਵਪ੍ਰੀਤ ਇੱਕੋ ਮੁੰਡਾ ਹੈ ਮੇਰਾ, ਪੰਜ ਗੁੱਡੀਆਂ ਨੇ, ਪੰਜ ਭੈਣਾਂ ਨੇ, ਇੱਕੋ ਵਿਆਹ ਹੈ, 10 ਦਿਨ ਹੋਏ ਵਿਆਹ ਨੂੰ, ਉਹ ਵੀ ਨਾਲ ਆਈ ਹੈ, ਉਹ ਵੀ ਨਾਟੇ ਹੋਰਾਂ ਨੇ ਚਲਾਈਆਂ ਜੀ। ਇੱਕ ਜਾਪੀ ਉਹ ਮਨਜੀਤ ਹੈ, ਮਨਜੀਤ ਨਾਲ ਸਬਕ ਦੋ ਘੰਟੇ ਹੋ ਗਏ ਸਾਡੇ ਘਰ ਵੇਖ ਕੇ ਗਿਆ, ਆਹੋ ਨਾਲ ਜੀ, ਮਨਜੀਤ ਨਾਲ ਲੰਗੜਾ ਨਾਲ ਹੀ ਹੈ। ਹਾਂਜੀ, ਮੰਗੀ ਕਰ, ਸਾਨੂੰ ਸਾਫ ਮਲ ਮਿਲਣਾ ਚਾਹੀਦਾ ਹੈ, ਹੋਰ ਕੀ ਮਿਲਣਾ ਚਾਹੀਦਾ ਹੈ, ਜੋ ਮਰਨ ਵਾਲਾ ਉਹ ਤਾਂ ਮਰ ਗਿਆ। ਹਾਂਜੀ, ਕੀ ਨਾਮ ਕੀ ਤੁਹਾਡਾ? ਸੋਨੂ। ਕੀ ਘਟਨਾ ਵਾਪਰੀ ਹੈ? ਇਹ ਤਰੀਕ ਤੋਂ ਲੱਗੇ ਆ ਰਹੇ ਸੀ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਕਿਆ ਹੋਈ। ਇਹ ਕਾਰ ਤੇ ਸੀ, ਉਹ ਪਤਾ ਨਹੀਂ ਜੀ, ਦੱਸਿਆ ਕਿ ਅਸੀਂ ਸਾਨੂੰ ਅਸੀਂ ਘਰੇ ਪਏ, ਸਾਨੂੰ ਪਤਾ ਲੱਗਿਆ ਜੀ, ਕਹਿੰਦੇ ਮੁੰਡੇ ਦਾ ਨਾ ਕੋਈ ਐਕਸੀਡੈਂਟ ਕਰਕੇ ਤੂੰ ਵੇਖਿਆ, ਕਹਿੰਦੇ ਗੋਲੀਆਂ ਵੱਜ ਗਈਆਂ ਜੀ। ਅਸੀਂ ਭੱਜੇ, ਮੇਰੇ ਚਾਚੇ ਦਾ ਮੁੰਡਾ ਆਕਾਸ਼ ਦਾ ਡੈਡੀ, ਅਸੀਂ ਸਾਰੇ ਭੱਜ ਕੇ ਵੇਖਿਆ, ਇਹਨੂੰ ਕਹਿੰਦੇ ਹਸਪਤਾਲ ਲੈ ਕੇ ਜੀ ਬਾਗੀ, ਜਦੋਂ ਬਾਗੀ ਕਹਿੰਦੇ ਗੋਲੀਆਂ ਵੱਜੀਆਂ। ਹਾਂ, ਅਤੇ ਕਾਫੀ ਉੱਥੇ ਸਾਰੇ ਜੁੜ ਗਿਆ ਅਤੇ ਬਾਕੀ ਜ਼ਖਮੀ ਪਏ ਹੋਏ ਨੇ, ਹੈ 3 ਜ਼ਖਮੀ ਪਏ ਨੇ। ਗੋਲੀਆਂ ਕਿੰਨੇ ਜਣਿਆਂ ਦੇ ਚੱਲੀਆਂ? ਆਪਣੇ ਆਕਾਸ਼ 'ਤੇ ਚੱਲੀਆਂ ਜੀ, ਉਹ ਉਦੋਂ ਹੀ ਪੂਰਾ ਹੋ ਗਿਆ ਜੀ ਆਕਾਸ਼ ਆਪਣਾ। ਜ਼ਖਮੀ ਕਿੰਨੇ ਜਣੇ? 3 ਜਣੇ। ਜ਼ਖਮੀ 3-4 ਜਣੇ? ਤੇ ਕੀ ਮਲਕੀ? ਸਾਨੂੰ ਇਨਸਾਫ ਮਿਲਿਆ ਗਿਆ ਕਿੰਨੇ ਮਾਰਿਆ। ਕਿਹੜੇ ਪਿੰਡ ਦੇ ਸੀਗੇ? ਆਪਣੇ ਲੇਲੀ ਵਾਲਾ ਪਿੰਡ ਦਾ। ਕਿੱਥੇ ਲੇਲੀ ਵਾਲਾ ਪਿੰਡ ਆ? ਉਹਦੇ ਲੜਕਾ ਸੀਗਾ ਲਵਪ੍ਰੀਤ ਅਲੀਅਸ ਆਕਾਸ਼, ਉੱਥੇ ਆਲਰੇਡੀ ਮੁਕੱਦਮੇ ਦਰਜ ਆ ਅਤੇ ਉਹ ਅੱਜ ਅਦਾਲਤ ਵੱਲੋਂ ਵਾਪਸ ਆ ਰਹੇ ਸੀ ਕਾਰ ਦੇ ਵਿੱਚ, ਅਤੇ ਉਹਨਾਂ ਦੇ ਜਿਹੜੇ ਦੂਜੇ ਬੰਦੇ ਜਿਨ੍ਹਾਂ ਨਾਲ ਪਹਿਲੇ ਮੁਕੱਦਮਾ ਦਰਜ ਹੋਇਆ ਸੀ, ਲੜਾਈ ਹੋਈ ਸੀ, ਉਹਨਾਂ ਨੇ ਗੋਲੀ ਚਲਾਈ ਅਤੇ ਉਹ ਗੋਲੀ ਉਹਦੇ ਲੱਗੀ ਅਤੇ ਉਹ ਸਪੋਟ 'ਤੇ ਉਹਦੀ ਡੈਥ ਹੋਈ। ਕਾਰ ਦੇ ਵਿੱਚ 4 ਜਣੇ ਸੀ, 2 ਜਣੇ ਜ਼ਖਮੀ ਹੋਏ, ਇੱਕ 'ਤੇ ਗੋਲੀ ਲੱਗੀ, ਤੀਸਰੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ, ਉਹਦਾ ਦੇਖਦੇ ਹਾਂ ਵੀ ਕਿੱਥੇ। ਪੁਰਾਣੀ ਰੰਜਿਸ਼ ਸੀ ਪਹਿਲੇ, ਆਲਰੇਡੀ ਇਹਨਾਂ 'ਤੇ ਪਰਚਾ ਦਰਜ। ਇਹਦੇ ਬਿਆਨ 'ਤੇ ਜਿਹੜਾ ਵੀ ਹੈਗਾ ਇਮੀਡੀਏਟਲੀ ਅਸੀਂ ਕੇਸ ਰਜਿਸਟਰ ਕਰਾਂਗੇ। ਉਹ ਇਹਨਾਂ ਦੇ ਨਾਲ ਹੀ ਸੀਗਾ ਨਾ, ਇੱਕ ਮੁਕੱਦਮੇ ਦੇ ਵਿੱਚ ਦੋਸ਼ੀ ਸੀਗਾ, ਕ੍ਰੋਸ ਸੀਗਾ।